ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਹਰੀ ਸਿੰਘ ਟੌੜਾ ਨੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਲੋਕ ਸਭਾ 'ਚ ਚੁੱਕਣ ਦੀ ਅਪੀਲ ਕੀਤੀ। ਇਸ ਸਮਾਗਮ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਨਾਂ ਆਉਣਾ ਕਈ ਕਿਸਮ ਦੇ ਸਵਾਲ ਖੜੇ ਕਰ ਗਿਆ, ਜਿਸ ਬਾਰੇ ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਉਹ ਆਪਣੇ ਨਿੱਜੀ ਰੁਝੇਵਿਆਂ ਕਾਰਨ ਇਸ ਸਮਾਗਮ 'ਚ ਨਹੀਂ ਪਹੁੰਚੇ। ਅਸੀਂ ਨਸ਼ਾਖੋਰੀ ਬੰਦ ਕਰਾਂਗੇ, ਭ੍ਰਿਸ਼ਟਾਚਾਰ ਬੰਦ ਕਰਾਂਗੇ, ਲੋਕਾਂ ਦੀ ਗੱਲ ਕਹਾਂਗੇ। ਅਸੀਂ ਉਹ ਪਾਰਟੀ ਦੀਆਂ ਨੀਤੀਆਂ ਨੂੰ ਅੱਜ ਬਿਲਕੁਲ ਸੱਚੀ ਗੱਲ ਹੈ, ਜਦੋਂ ਸਾਡੇ ਕੰਮਾਂ ਦੀ ਸੁਣਵਾਈ ਨਾ ਹੋਈ ਤਾਂ ਅਸੀਂ ਉਹਨਾਂ ਨੂੰ ਅਲਵਿਦਾ ਕਹਿ ਦਿੱਤੀ। ਜਿਹੜਾ ਸਾਡੇ ਇਸ ਵੇਲੇ ਸਾਡੀ ਮੈਂਬਰਸ਼ਿਪ ਚੱਲ ਰਹੀ ਹੈ, ਕਿਉਂਕਿ ਅਸੀਂ ਜਨਵਰੀ ਤੋਂ ਆਪਣੀ ਮੈਂਬਰਸ਼ਿਪ ਸ਼ੁਰੂ ਕਰਦੇ ਹਾਂ, ਉਹ ਸਾਡੀ ਮੈਂਬਰਸ਼ਿਪ ਚੱਲ ਰਹੀ ਹੈ। ਇਸ ਲਈ ਅਸੀਂ ਜਿਹੜਾ ਹੈਗਾ ਉਹ ਮੈਂਬਰਸ਼ਿਪ ਅਗਲੀ ਜਦੋਂ ਫਾਈਨਲ ਹੋ ਜਾਏਗੀ ਉਹ ਅਸੀਂ ਜਿਹੜਾ ਸਪਸ਼ਟ ਕਰਾਂਗੇ। ਔਰ ਸਾਡਾ ਇਸ ਸਮੇਂ ਦੌਰਾਨ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਦਫ਼ਤਰ ਔਰ ਸਾਡੇ ਜਿਹੜੇ ਨੇ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਨਾਲ ਨਾਲ ਸਾਡੇ ਬਲਾਕਾਂ ਦੇ ਕੋਆਪਰੇਟ ਘਰਾਣਿਆਂ ਦਾ ਤਾਂ 1,14,000 ਕਰੋੜ ਬੈਂਕਾਂ ਦਾ ਮਾਫ਼ ਕਰਤਾ, ਕਿਸਾਨਾਂ ਦਾ ਮਾਫ਼ੀ ਕਿੱਧਰ ਗਈ? ਨਾ ਸਵਾਮੀਨਾਥਨ ਦੀ ਰਿਪੋਰਟ, ਮੋਦੀ ਸਾਹਿਬ ਕਹਿੰਦੇ ਸੀਗੇ ਜਦੋਂ ਕੰਪੇਨ ਕਰਦੇ ਸੀ ਸਵਾਮੀਨਾਥਨ ਨੂੰ, ਮੈਨੀਫੈਸਟੋ 'ਚ ਲਿਖਿਆ ਸੀ ਕਿ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਾਂਗੇ, ਭਾਅ ਵਧਾਉਣ ਵਾਲੀਆਂ, ਉਹ ਵੀ ਨਹੀਂ ਕੀਤੀਆਂ। ਅਤੇ ਮੁਲਾਜ਼ਮਾਂ ਦਾ ਜਿਹੜਾ ਪ੍ਰੋਵੀਡੈਂਟ ਫੰਡ ਹੈ ਉਹਦੇ 'ਤੇ ਵੀ ਟੈਕਸ ਲਾਤਾ ਕਿ ਤੁਸੀਂ ਆਪਦੇ ਪੈਸੇ ਨੂੰ ਪਹਿਲਾਂ ਤਾਂ ਸਰਕਾਰ ਵਰਤੂਗੀ, ਹਰ ਮਹੀਨੇ ਦੇ ਕੱਟ ਕੇ ਕਰੋੜਾਂ ਰੁਪਇਆ ਵਰਤਦੀ ਹੈ ਸਰਕਾਰ, ਵਿਆਜ ਤਾਂ ਕੀ ਦੇਣਾ ਸੀ, ਉਹ ਤਾਂ ਟੈਕਸ ਲਾਤਾ ਉਹਦੇ ਕਿ ਜੇ ਤੁਸੀਂ ਕਢਾਓਗੇ ਤਾਂ ਟੈਕਸ। ਇਹਨੂੰ ਅਸੀਂ ਰੋਲ ਬੈਕ ਦੀ ਅਸੀਂ ਮੰਗ ਕਰ ਰਹੇ ਹਾਂ, ਮੈਂ ਪਾਰਲੀਮੈਂਟ 'ਚ ਬੋਲੂੰਗਾ। ਜਿਹੜਾ ਚੰਗਾ ਬੰਦਾ ਜੀ ਉਹਨੂੰ ਅਸੀਂ ਵੈਲਕਮ ਕਰਾਂਗੇ।